ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਗਵਾਈ ਵਿਚ ਪੰਜਾਬ ਸਰਕਾਰ ਨੇ ਲੋਕ ਪੱਖੀ ਉਪਰਾਹਿਆਂ ਨੂੰ ਜਾਰੀ ਰੱਖਦੇ ਹਾਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ ਕੀਤੀ ਜਿਸ ਨਾਲ ਪੰਜਾਬ ਵਾਸੀਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਨੱਥ ਮਸਤਕ ਹੋਂਦੀ ਸਹੂਲਤ ਹਾਸਲ ਹੋਵੇਗੀ ਇਹ ਸਕੀਮ ਬਦਰੀ ਉਮਰ ਅਤੇ ਆਰਥਿਕ ਟੰਗੀਕਰ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਵਾਂਝੇ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ ਪੰਜਾਬ ਵਾਸੀਆਂ ਦੇ ਸੁਪਨੇ ਸাকার ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਇਸ ਸਕੀਮ ਦਾ ਆਗਾਜ਼ ਕੀਤਾ ਇਸ ਸਕੀਮ ਤਹਿਤ ਪੰਜਾਬ ਤੋਂ ਜਾਣ ਵਾਲੇ ਨਾਗਰਿਕਾਂ ਨੂੰ ਏਸੀ ਬੱਸ ਜਾਂ ਏਸੀ ਰੇਲ ਗੱਡੀ ਰਾਹੀਂ ਸੂਬਾ ਜਾਂ ਦੇਸ਼ ਭਰ ਦੇ ਵੱਖ-ਵੱਖ ਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ ਇਸ ਸਕੀਮ ਤਹਿਤ ਦੂਰ ਦਰਾਡੇ ਵਾਲੇ ਸਥਾਨਾਂ ਲਈ ਰੇਲ ਗੱਡੀ ਯਾਤਰਾ ਜਦਕਿ ਸ਼ਰਕ ਰਸਤੇ ਕਟ ਦੂਰੀ ਵਾਲੇ ਸਥਾਨਾਂ 'ਤੇ ਬੱਸ ਦੀ ਸਹੂਲਤ ਮਿਲੇਗੀ ਰੇਲ ਗੱਡੀ ਦੀ ਯਾਤਰਾ ਵਾਲੇ ਸਥਾਨਾਂ 'ਚ ਸ਼੍ਰੀ ਹਯੂਸੈਫ ਸ਼੍ਰੀ ਫਤਨਾ ਸਾਹਿਬ ਸ਼੍ਰੀ ਬ੍ਰਿੰਦਾਵਨ ਧਾਮ ਅਤੇ ਮੁਸਲਿਮ ਧਾਰਮਿਕ ਸਥਾਨ ਸ਼੍ਰੀ ਅਜਮੇਰ ਸ਼੍ਰੀ ਸ਼ਾਮਲ ਹਨ ਮੌਜੂਦਾ ਵਿੱਤੀ ਵਰੇ ਦੌਰਾਨ ਵਕਤ-ਵਕਤ ਧਾਰਮਿਕ ਥਾਵਾਂ ਦੀ ਲਈ 13 ਰੇਲ ਗੱਡੀਆਂ ਭੇਜੇ ਜਾਣਗੀਆਂ ਹਰੇਕ ਰੇਲ ਗੱਡੀ ਵਿੱਚ 1000 ਯਾਤਰੀ ਹੋਵੇਗਾ ਸਫਰ ਦੌਰਾਨ ਯਾਤਰੀਆਂ ਲਈ ਸੋਖ ਲਈ ਭੋਜਨ ਸਥਾਨਿਕ ਯਾਤਰਾ ਸਵਾਗਤੀ ਕਿੱਟਾਂ ਅਤੇ ਰਹਿਣ ਸੈਨ ਲਈ ਬਿਲਕੁਲ ਮੁਫਤ ਸਹੂਲਤ ਦਿੱਤੀ ਜਾਵੇਗੀ ਵੱਖ-ਵੱਖ ਧਾਰਮਿਕ ਸਥਾਨਾਂ ਲਈ ਸ੍ਰੀ ਅੰਮ੍ਰਿਤਸਰ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਦਮਦਮਾ ਸਾਹਿਬ ਮਾਤਾ ਵੈਸ਼ਨੂ ਦੇਵੀ ਅਤੇ ਮਾਤਾ ਚਿੰਤਪੂਰਨੀ ਤੇ ਕਈ ਹੋਰ ਧਾਰਮਿਕ ਸਥਾਨਾਂ ਦੀ ਦੀ ਯਾਤਰਾ ਕਰਵਾਈ ਜਾਵੇਗੀ ਇਨ੍ਹਾਂ ਥਾਵਾਂ ਦੇ ਯਾਤਰਾ ਦੌਰਾਨ ਏਸੀ ਰਹਿਸ਼ ਅਤੇ ਭੋਜਨ ਦਾ ਪ੍ਰਬੰਧ ਕੀਤਾ ਜਾਵੇਗਾ।